नमस्कार, प्रोग्राम तारे आख देंदे वेख रहे साढ़े सारे दर्शकों का बहुत बहुत स्वागत है। सब तो पहला असी साढ़े बहुत सारे दर्शकों का आज धन्यवाद करते हैं। बहुत सारे दर्शकों ने जिन्होंने पता लग्या कि आज साढ़ा जन्मदिन है, उन्होंने सानू आज मैसेजेस भेजे है, बड़े फोन कॉल्स से भी उन्होंने सानू जन्मदिन मुबारक दी है। सो परमात्मा थोनू भी सारे ने बहुत बहुत खुशियां देवे, जिन्हें जिन्हों ने सानू संदेश देते हैं, बहुत बहुत धन्यवाद थोड़ा। सो लो जी, अज का असी टॉपिक शुरू करते हैं कि उच्च या नीच राशि के गुरु का की फल हो सकता है। सो जिहड़ा उत्तर काला मृत के अनुसार जिहड़ा है वक्री ग्रह का जिहड़ा बल उहदे उच्च होने के समान समझना चाहिए। जदों कोई ग्रह किसी वक्री ग्रह के नाल होवे तां उहनूं अद्धा रूपा बल होर ज़्यादा मिल जाता है, ते जे कोई ग्रह जिहड़ा उच्च लेकिन वक्री होवे तां उहनूं जिहड़ा नीच का बल जिहड़ा शून्य समझना चाहिए। सो ग्रह जे नीच लेकिन वक्री होवे तां अपनी उच्च राशि के विच ਹੋਣ ਵਰਗਾ ਬਲੀ ਹੋ ਜਾਂਦਾ ਹੈ। ਸੋ ਸ਼ੁਭ ਗ੍ਰਹਿਆਂ ਦੇ ਵਿਸ਼ੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਵੱਕਰੀ ਹੋਣ 'ਤੇ ਸ਼ੁਭ ਫਲ ਦੇਣ ਵਾਲੇ ਅਤੇ ਬਲੀ ਹੋ ਜਾਂਦੇ ਆ। ਸੋ ਬ੍ਰਹਸਪਤੀ ਜਿਹੜਾ ਆਮ ਤੌਰ 'ਤੇ ਸਾਰੇ ਸਾਲ ਦੇ ਵਿੱਚ ਜਦ ਇੱਕ ਵਾਰੀ ਵੱਕਰੀ ਹੁੰਦਾ ਤਾਂ ਤਕਰੀਬਨ ਜਿਹੜਾ ਹੈ 122 ਦਿਨਾਂ ਤੱਕ ਵੱਕਰੀ ਰਹਿੰਦਾ। ਜਦੋਂ ਬ੍ਰਹਸਪਤੀ ਅਸਤ ਹੋ ਜਾਵੇ ਤਾਂ ਆਪਣਾ ਪੂਰਨ ਸ਼ੁਭ ਫਲ ਪ੍ਰਦਾਨ ਕਰਨ ਦੇ ਵਿੱਚ ਅਸਮਰਥ ਹੋ ਜਾਂਦਾ, ਲੇਕਿਨ ਕੁਛ ਸ਼ੁਭ ਫਲ ਜ਼ਰੂਰ ਦਿੰਦਾ। ਜਦੋਂ ਸੂਰਜ ਤੋਂ 11 ਅੰਸ਼ ਦੀ ਦੂਰੀ ਹੁੰਦੀ ਹੈ ਤਾਂ ਅਸਤ ਹੋਣਾ ਆਰੰਭ ਹੋ ਜਾਂਦਾ। ਗੁਰੂ ਜਿਹੜਾ 6ਵੇਂ ਭਾਵ ਦੇ ਵਿੱਚ ਸੁੱਖ ਪ੍ਰਦਾਨ ਕਰਦਾ ਹੈ। ਸੋ ਗੁਰੂ ਜਦੋਂ ਕੁੰਡਲੀ ਦੇ ਵਿੱਚ ਜਿਹੜਾ ਦੂਜੇ 5ਵੇਂ 9ਵੇਂ ਫਿਰ 11ਵੇਂ ਭਾਵ ਦੇ ਕਾਰਕ ਹੋ ਜਾਂਦਾ। ਸੋ ਗੁਰੂ ਦੀ ਸਪਤਮ ਦ੍ਰਿਸ਼ਟੀ ਤੋਂ ਇਲਾਵਾ ਜਿਹੜਾ ਹੈ 5ਮ ਅਤੇ 9ਮ ਦ੍ਰਿਸ਼ਟੀ ਵੀ ਹੋ ਜਾਂਦੀ ਹੈ। ਗੁਰੂ ਦੇ ਮਿੱਤਰ ਸੂਰਿਆ ਚੰਦਰ ਅਤੇ ਮੰਗਲ ਹੁੰਦੇ ਆ। ਸੋ ਗੁਰੂ ਦੇ ਸ਼ਤਰੂ ਜਿਹੜੇ ਨੇ ਬੁੱਧ ਅਤੇ ਸ਼ੁਕਰ ਹੁੰਦੇ ਆ, ਸ਼ਨੀ ਸਮ ਹੁੰਦੇ ਆ। ਗੁਰੂ 6ਵੇਂ 8ਵੇਂ 12ਵੇਂ ਭਾਵ ਦੇ ਵਿੱਚ ਕਮਜ਼ੋਰ ਹੋ ਜਾਂਦਾ ਅਤੇ ਉਹਦੇ ਉੱਤੇ ਜੇ ਕਿਸੇ ਦੀ ਦ੍ਰਿਸ਼ਟੀ ਨਾ ਹੋਵੇ ਤਾਂ ਇਨਸਾਨ ਨੂੰ ਯਕਰਤ ਦੀਆਂ ਬਿਮਾਰੀਆਂ, ਸੰਗਰਣੀ ਆਦਿ ਰੋਗ ਵੀ ਹੋ ਜਾਂਦੇ ਆ। ਉੱਚ ਅਤੇ ਨੀਚ ਦੇ ਪ੍ਰਭਾਵ ਦਾ, ਗ੍ਰਹਿ ਦਾ ਪ੍ਰਭਾਵ ਜਾਤਕ 'ਤੇ ਕਿੱਦਾਂ ਦਾ ਰਹੇਗਾ, ਇਹ ਗੁਰੂ ਦੇ ਕਾਰਕ ਤਵ ਦੇ ਮੁਤਾਬਕ ਹੀ ਹੁੰਦਾ ਹੈ। ਜੇ ਉੱਚ ਦੇ ਗੁਰੂ ਜਾਂ ਫਿਰ ਸ਼ੁਭ ਗ੍ਰਹਿਆਂ ਦੇ ਪ੍ਰਭਾਵ ਦੇ ਵਿੱਚ ਹੁੰਦੇ ਆ ਅਤੇ ਆਪਣੇ ਮਿੱਤਰ ਗ੍ਰਹਿਆਂ ਨਾਲ ਯੁਕਤ ਹੁੰਦੇ ਆ ਅਤੇ ਚੰਗੇ ਜਿਹੜੇ ਪ੍ਰਭਾਵੀ ਪਰਿਣਾਮ ਜਿਹੜੇ ਆ ਸ਼ੁਭ ਪ੍ਰਦਾਨ ਕਰਦੇ ਆ, ਅਤੇ ਜੇ ਅਸ਼ੁਭ ਗ੍ਰਹਿ ਪਾਪੀ ਗ੍ਰਹਿਆਂ ਦੇ ਨਾਲ ਯੁਕਤ ਜਾਂ ਦ੍ਰਿਸ਼ਟ ਹੁੰਦੇ ਆ ਤਾਂ ਉੱਚ ਦੇ ਪ੍ਰਭਾਵ ਸ਼ੁਭ ਜਿਹੜੇ ਹੈਗੇ ਆ ਉਹ ਮਿਲਣੇ ਚਾਹੀਦੇ, ਜਿਨ੍ਹਾਂ ਦੇ ਵਿੱਚ ਕਮੀ ਆ ਜਾਂਦੀ ਹੈ। ਇਸ ਦੇ ਸਾਰੇ ਯੋਗ ਦੇਖਣ ਤੋਂ ਬਾਅਦ ਹੀ ਅਸੀਂ ਕੁੰਡਲੀ ਨੂੰ ਦੇਖ ਕੇ ਫਲਾਦੇਸ਼ ਕਰਦੇ ਹਾਂ ਕਿ ਹਰੇਕ ਲਗਨ ਦੇ ਲਈ ਜਿਹੜਾ ਹੈ ਗੁਰੂ ਦੀ ਉੱਚ ਜਾਂ ਨੀਚ ਦੀ ਸਥਿਤੀ ਦੇ ਪ੍ਰਭਾਵਾਂ ਦੇ ਬਾਰੇ ਅਸੀਂ ਸੰਖੇਪ ਦੇ ਵਿੱਚ ਦੱਸ ਸਕਦੇ ਹਾਂ। ਜਿੱਦਾਂ ਕਿ ਮੇਸ਼ ਲਗਨ ਦੇ ਵਿੱਚ ਬ੍ਰਹਸਪਤੀ ਜਿਹੜਾ ਭਾਗੇਸ਼ ਅਤੇ ਦੁਆਸ਼ੇਸ਼ ਹੋ ਕੇ ਉੱਚ ਦੇ ਯਾਨੀ ਕਿ ਕਰਕ ਦੇ ਵਿੱਚ ਸਥਿਤ ਹੋ ਜਾਂਦਾ, ਕੇਂਦਰ ਚੌਥੇ ਭਾਵ ਦੇ ਵਿੱਚ ਸਥਿਤ ਹੋ ਜਾਂਦਾ। ਸੋ ਜਿਹੜਾ ਕਿ ਇੱਕ ਕੇਂਦਰ ਤ੍ਰਿਕੋਣ ਦਾ ਸੰਬੰਧ ਬਣਾ ਰਿਹਾ ਹੁੰਦਾ, ਇਸ ਲਈ ਉੱਚ ਦੇ ਫਲ ਚੰਗੇ ਪ੍ਰਦਾਨ ਕਰਦਾ, ਜਾਤਕ ਨੂੰ ਚੰਗੀ ਪਦਵੀ 'ਤੇ ਬਿਠਾਉਂਦਾ, ਬਾਹਰੀ ਦੇਸ਼ਾਂ ਦੀਆਂ ਕਈ ਵਾਰੀ ਯਾਤਰਾਵਾਂ ਕਰਾ ਦਿੰਦਾ, ਨਾਲ ਹੀ ਨਾਲ ਚੰਗਾ ਲਾਭਪ੍ਰਦ ਵੀ ਬਣਾ ਦਿੰਦਾ, ਲਗਨੇਸ਼ ਅਤੇ ਮਿੱਤਰ ਵੀ ਹੋ ਜਾਂਦੇ, ਇਸ ਲਈ ਯੋਗ ਵਧੀਆ ਰਹਿੰਦਾ। ਨਾਲ ਹੀ ਨਾਲ ਜਿਹੜਾ 12ਵੇਂ ਭਾਵ ਦਾ ਹੋਣ ਦੇ ਕਾਰਨ ਜਾਤਕ ਦੇ ਕੋਲ ਮਕਾਨ ਅਤੇ ਵਾਹਨ ਵੀ ਜਿਹੜੇ ਹਾਇਰ ਲੈਵਲ ਦੇ ਪਹੁੰਚ ਜਾਂਦੇ ਆ। ਇੱਕ ਚੌਥਾਈ ਕੱਪ ਜਿਹੜਾ ਕਰੇਲੇ ਦੇ ਪੱਤਿਆਂ ਦਾ ਰਸ, 2 ਵੱਡੇ ਚਮਚੇ ਨਾਰੀਅਲ ਦਾ ਤੇਲ ਅਤੇ ਅੱਧਾ ਕੱਪ ਜਿਹੜਾ ਨਿੰਮ ਦੇ ਪੱਤਿਆਂ ਨੂੰ ਮਿਲਾ ਕੇ ਪੀਸ ਲਓ। ਫਿਰ ਇਹਨੂੰ ਐਗਜ਼ੀਮਾ ਵਾਲੇ ਹਿੱਸੇ ਦੇ ਲਗਾਉਂਦੇ ਹਾਂ ਤਾਂ ਕੁਛ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਿਆਰੇ ਦੋਸਤੋ, ਸਾਡੇ ਅਖਬਾਰ ਵਾਇਸ ਆਫ ਏਸ਼ੀਅਨਸ ਦਾ 4ਵਾਂ ਅੰਕ ਵੀ ਛਪ ਕੇ ਆ ਚੁੱਕਾ ਹੈ। ਤੁਸੀਂ ਜਦੋਂ ਵੀ ਸਾਨੂੰ ਟੇਵਾ ਦਿਖਾਉਣਾ ਹੋ, ਤੁਹਾਡੇ ਲਈ ਬਿਲਕੁਲ ਮੁਫਤ ਦੇ ਵਿੱਚ ਉਪਲਬਧ ਹੋਏਗਾ, ਜਿਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜੋਤਿਸ਼ ਦੇ ਕਿਹੜੇ ਕਿਹੜੇ ਪ੍ਰੋਗਰਾਮਸ ਦੇ ਵਿੱਚ ਕੀ ਆਏਗਾ ਇਹਦੇ ਸਾਰੀ ਡਿਟੇਲਸ ਹੈ। ਨਾਲ ਹੀ ਸਾਡਾ ਰਾਸ਼ੀਫਲ ਵੀ ਹੈ ਜੋਤਿਸ਼ ਦੇ ਬਾਰੇ, ਇਹਦੇ 'ਚ ਬੜੀ ਡੂੰਘੀ ਜਾਣਕਾਰੀ ਤੁਸੀਂ ਸਾਡੀ ਪੜ੍ਹ ਸਕਦੇ ਹੋ। ਜਿਹੜੇ ਜਿਹੜੇ ਅਸੀਂ ਟੀਵੀ 'ਤੇ ਵੀ ਦੱਸਦੇ ਹਾਂ, ਟੋਟਕੇ ਵੀ ਤੁਹਾਨੂੰ ਮਿਲਣਗੇ, ਨੁਕਤੇ ਵੀ ਇਹਦੇ ਵਿੱਚ ਮਿਲਣਗੇ। ਨਾਲ ਹੀ ਨਾਲ ਜੇ ਤੁਸੀਂ ਇਹਦੇ ਵਿੱਚ ਕੋਈ ਖਬਰਾਂ ਦੇਣੀਆਂ ਚਾਹੁੰਦੇ ਹੋ, ਆਪਣੇ ਇਲਾਕੇ ਦੀਆਂ ਪ੍ਰੋਬਲਮਸ ਦੇਣੀਆਂ ਚਾਹੁੰਦੇ ਹੋ ਜਾਂ ਸਾਡੇ ਪੱਤਰਕਾਰ ਵੀ ਬਣਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਸੋ ਗੱਲ ਕਰਦੇ ਹਾਂ ਈਸ਼ਾਨ ਕੋਣ ਦੇ ਵਿੱਚ ਪੂਜਾ ਕਰਦੇ ਨੀਚੇ ਪੱਥਰ ਦੀ ਸਲੈਬ ਬਿਲਕੁਲ ਨਹੀਂ ਲਗਾਉਣੀ ਚਾਹੀਦੀ, ਨਹੀਂ ਤਾਂ ਤੁਸੀਂ ਕਰਜ਼ੇ ਦੇ ਚੰਗੁਲ ਦੇ ਵਿੱਚ ਫਸ ਜਾਓਗੇ। ਉੱਤਰ ਪੂਰਬ ਦੇ ਹਿੱਸੇ ਦੇ ਵਿੱਚ ਜੋਤ ਜਲਾਉਣਾ ਘਾਤਕ ਹੋ ਸਕਦਾ ਹੈ। ਸੋ ਇਸ ਕੋਨੇ ਦੇ ਵਿੱਚ ਹਵਨ ਕਰਨਾ ਘਾਟਾ ਕਰਜ਼ਾ ਮੁਸੀਬਤ ਨੂੰ ਆਮੰਤਰਣ ਦੇ ਸਕਦਾ ਹੈ। ਇਹ ਪਾਣੀ ਦਾ ਕੋਨਾ ਅਤੇ ਪਾਣੀ ਅੱਗ ਨੂੰ ਸਹਿ ਨਹੀਂ ਸਕਦਾ, ਇਸ ਲਈ ਪੂਜਾ ਕਰਦੇ ਅਗਨੀ ਕੋਨ ਦੇ ਤਰਫ ਹੀ ਹਵਨ ਕਰਨਾ ਚਾਹੀਦਾ ਹੈ। ਗੁਰਦੇਵ ਸਿੰਘ ਲੁਧਿਆਣਾ ਸ਼ਿਮਲਾਪੁਰੀ ਤੋਂ ਬੋਲਦਾ। ਮੇਰੇ ਆਪਣੇ ਬੱਚੇ ਦਾ, ਕਾਕੇ ਦਾ ਵਿਆਹ ਨਹੀਂ ਹੋ ਰਿਹਾ ਸੀ। ਕੋਈ 4 ਕੁ ਸਾਲ ਤੋਂ ਮੈਂ ਸਿਆਣਿਆਂ ਕੋ, ਪੰਡਤਾਂ ਜੋਸ਼ੀਆਂ ਕੋ ਫਿਰਦਾ ਰਿਹਾ। ਕਿਸੇ ਨੇ ਕੋਈ ਦਾਨ ਕੋਈ ਕਰਾਤਾ, ਕਿਸੇ ਨੇ ਕੋਈ ਢਾਲਾ ਕਰਾਤਾ, ਪਰ ਕੋਈ ਰਾਸ ਨਾ ਆਇਆ। ਸੁਖਵਿੰਦਰ ਜੀ ਦਾ ਪ੍ਰੋਗਰਾਮਾਂ ਦਾ ਇਹਨਾਂ ਦੇਖ ਕੇ ਮੈਨੂੰ ਬੜਾ ਚੰਗਾ ਲੱਗਿਆ। ਫਿਰ ਉਹਨਾਂ ਭੁੱਗਿਆ, ਇਹਨਾਂ ਨੇ ਮੇਰੇ ਤੋਂ ਉਹ ਖਾਲਸਾ ਵਿਯੋਗ ਦਾ ਦਾਨ ਕਰਾ ਦਿੱਤਾ, ਬਾਹਲਾ ਨਹੀਂ ਥੋੜ੍ਹੇ। ਉਹਦੇ ਨਾਲ ਇਹਨਾਂ ਨੇ ਲਿਖ ਕੇ ਦਿੱਤਾ ਵੀ 6 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਇਹ ਬੱਚੇ ਦਾ ਵਿਆਹ ਹੋ ਜਾਊਗਾ। ਪਰ 6 ਮਹੀਨੇ ਪਏ ਨਹੀਂ, 3 ਮਹੀਨੇ ਦੇ ਅੰਦਰ ਅੰਦਰ ਇਹ ਮੁੰਡੇ ਦਾ ਮੰਗਣਾ ਹੋ ਗਿਆ। ਸੁਖਵਿੰਦਰ ਜੀ ਦਾ ਬੜਾ ਅਤੀ ਧੰਨਵਾਦੀ ਹਾਂ।
ਵੀ ਇਹਨਾਂ ਨੇ ਸਾਨੂੰ ਸਿੱਧੇ ਰਸਤੇ ਪਾਇਆ ਔਰ ਪਹਿਲਾਂ ਸਾਡਾ ਨੁਕਸਾਨ ਹੋ ਗਿਆ ਉੱਥੇ ਸਾਨੂੰ ਆਸਟ੍ਰੇਲੀਆ ਸੀ ਪ੍ਰੋਗਰਾਮ ਆਇਆ ਸੀ ਲੜਕੇ ਦਾ ਉਹ ਸਾਡਾ ਕੰਮ ਨਹੀਂ ਸਿਰੇ ਚੜਿਆ ਅਸੀਂ ਟੀ ਵੀ 'ਚ ਇਹਨਾਂ ਦਾ ਪਰੋਂ ਦੋ ਟਾਈਮ ਦੇਖਦੇ ਹਾਂ ਅਤੇ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹਨਾਂ ਨੂੰ ਆ ਕੇ ਮਿਲੇ ਅਤੇ ਇਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਤੁਹਾਡਾ 15-20 ਦੇ ਮਹੀਨੇ 'ਚ ਤੁਹਾਡਾ ਕੰਮ ਸਾਰਾ ਹੋ ਜਾਏਗਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡਾ ਵੀਰਵਾਰ ਨੂੰ ਕੰਮ ਹੋਊਗਾ ਅਤੇ ਪਰਮਾਤਮਾ ਨੇ ਸਾਡਾ ਵੀਰਵਾਰ ਹੀ ਕੰਮ ਕੀਤਾ ਸਾਡਾ ਬੀਜਾ ਵੀ ਵੀਰਵਾਰ ਲੱਗਿਆ ਜੀ ਅਤੇ ਸਾਡੇ ਵੀਰਵਾਰ ਹੀ ਸਾਡਾ ਨਾ ਕਿ ਮੈਡੀਕਲ ਹੋਇਆ ਲੜਕੇ ਦਾ ਵੀਰਵਾਰ ਹੀ ਸਾਡੀ ਟਿਕਟ ਬੁੱਕ ਹੋਈ ਠੀਕ ਵੀਰਵਾਰ ਹੀ ਇਹਨੇ ਉੱਥੇ ਜਾਣਾ ਕੈਨੇਡਾ ਹੁਣ ਪਰਮਾਤਮਾ ਨੇ ਇਹਨਾਂ ਦਾ ਅਸੀਂ ਬੜਾ ਸੁਖਵਿੰਦਰ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਨੂੰ ਸਿੱਧੇ ਰਸਤੇ ਪਾਤਾ ਗੱਲ ਕਰਦੇ ਹਾਂ ਜੀ ਬਾਰਾਮੁਖੀ ਰੁਦਰਾਕਸ਼ ਦੇ ਬਾਰੇ ਜਿਹੜਾ ਅਦਿੱਤਿਆ ਸਵਰੂਪ ਜਿਹੜਾ ਹੈ ਤੇਜਸਵੀ ਮਹਾਂਵਿਸ਼ਨੂੰ ਜੀ ਦਾ ਕਾਰਕ ਮੰਨਿਆ ਜਾਂਦਾ ਹੈ ਇਹਨੂੰ ਧਾਰਨ ਕਰਨ ਵਾਲਾ ਪ੍ਰਾਣੀ ਰਾਜਾ ਬਣਨ ਦੇ ਯੋਗ ਹੁੰਦਾ ਚੋਰ ਅਗਨੀ ਫਿਰ ਦਰਿਦਰ ਤੇ ਜਿਹੜੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਧਨ ਪੁੱਤਰ ਆਦਿ ਦੀ ਪ੍ਰਾਪਤੀ ਹੁੰਦੀ ਹੈ ਸੋਮਵਾਰ ਦੇ ਦਿਨ ਜਿਹੜਾ ਸਵੇਰੇ ਸਵੇਰੇ ਸੂਰਿਆ ਉਦੇ ਹੁੰਦੇ ਹੀ ਸੂਰਜ ਦੀਆਂ ਕਿਰਨਾਂ ਨੂੰ ਹੱਥ 'ਚ ਲੈ ਕੇ ਬਾਰਾਮੁਖੀ ਰੁਦਰਾਕਸ਼ ਨੂੰ ਸਨਾਨ ਕਰਾਓ ਅਤੇ ਫਿਰ ਨਾਰਾਇਣ ਜੀ ਨੂੰ ਨਮਸਕਾਰ ਕਰੋ ਉਸ ਤੋਂ ਬਾਅਦ ਇਹਨੂੰ ਭਗਵਾਨ ਜੀ ਦੇ ਕੋਲ ਰੱਖੋ ਫਿਰ ਕਾਲੇ ਧਾਗੇ ਦੇ ਵਿੱਚ ਗੁੰਦ ਕੇ ਵਿਧੀ ਪੂਰਵਕ ਓਮ ਹਰੀ ਕਸ਼ੋਂ ਗ੍ਰਿਣੀ ਸ਼੍ਰੀ ਮੰਤਰ ਦੇ ਨਾਲ ਗਲੇ ਦੇ ਵਿੱਚ ਧਾਰਨ ਕਰ ਸਕਦੇ ਹੋ ਰੁਦਰਾਕਸ਼ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਸਿਰਫ 350 ਤੋਂ ਸਟਾਰਟ ਹੋ ਜਾਂਦਾ ਹਰ ਬੰਦੇ ਨੂੰ ਕਮ ਸੇ ਕਮ ਇੱਕ ਰੁਦਰਾਕਸ਼ ਜ਼ਰੂਰ ਪਾ ਲੈਣਾ ਚਾਹੀਦਾ ਹੈ ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਐਗਜ਼ਾਮੀਨੇਸ਼ਨ ਦੇ ਵਿੱਚ ਜਿਨ੍ਹਾਂ ਨੇ ਬੈਠਣਾ ਜਾਂ ਆਇਲਸ ਦੇ ਐਗਜ਼ਾਮ ਦੇਣੇ ਹੈ ਜ਼ਰੂਰ ਪਾਉਣ ਦੇਖੋ ਫਿਰ ਕਿੰਨੇ ਵਧੀਆ ਰਿਜ਼ਲਟਸ ਤੁਹਾਨੂੰ ਮਿਲਦੇ ਹੈ ਪਿਆਰੇ ਦਰਸ਼ਕੋ ਸ਼ੁਕਲ ਪਕਸ਼ ਦੇ ਸੋਮਵਾਰ ਦੇ ਦਿਨ ਇੱਕ ਮੁੱਠੀ ਸਾਬਤ ਬਾਸਮਤੀ ਚਾਵਲ ਵਗਦੇ ਹੋਏ ਪਾਣੀ ਦੇ ਵਿੱਚ ਸ਼੍ਰੀ ਮਹਾਲਕਸ਼ਮੀ ਜੀ ਦਾ ਸਮਰਨ ਕਰਦੇ ਹੋਏ ਛੱਡ ਦਿਓ ਧਨ ਦਾ ਵਾਧਾ ਜ਼ਰੂਰ ਹੋਵੇਗਾ ਸੋ ਮੋਤੀ ਦੇ ਪ੍ਰਯੋਗ ਦੇ ਬਾਰੇ ਗੱਲ ਕਰਦੇ ਹਾਂ 2, 4, 6 ਜਾਂ ਫਿਰ 11 ਰੱਤੀ ਦਾ ਮੋਤੀ ਜਿਹੜਾ ਚਾਂਦੀ ਦੀ ਅੰਗੂਠੀ ਦੇ ਵਿੱਚ ਪਾਉਣਾ ਚਾਹੀਦਾ ਇਹਨੂੰ ਜਿਹੜਾ ਸੋਮਵਾਰ ਜਾਂ ਬ੍ਰਹਸਪਤੀਵਾਰ ਨੂੰ ਖਰੀਦਣਾ ਜਾਂ ਮੜਵਾਉਣਾ ਚਾਹੀਦਾ ਫਿਰ ਕਿਸੇ ਵੀ ਸ਼ੁਕਲ ਪਕਸ਼ ਦੇ ਸੋਮਵਾਰ ਨੂੰ ਜਿਹੜਾ ਵਿਧੀ ਵਿਧਾਨ ਦੇ ਨਾਲ ਜਿਹੜਾ ਇਹਦੀ ਪੂਜਾ ਕਰਕੇ 11,000 ਵਾਰੀ ਓਮ ਸੋਮ ਸਮਾਏ ਨਮਾ ਮੰਤਰ ਦਾ ਜਾਪ ਕਰਕੇ ਸ਼ਾਮ ਦੇ ਸਮੇਂ ਨੂੰ ਧਾਰਨ ਕਰ ਸਕਦੇ ਹਾਂ ਸੋ ਮੋਤੀ ਦੇ ਨਾਲ ਰੋਗਾਂ ਦਾ ਕਿੱਦਾਂ ਉਪਚਾਰ ਹੁੰਦਾ ਇਹਦੀ ਗੱਲ ਕਰਦੇ ਹਾਂ ਸੋ ਮੋਤੀ ਦਾ ਜਨਮ ਜਿਹੜਾ ਹੈ ਜਾਂ ਸਰਜਨ ਜਿਹੜਾ ਹੈਗਾ ਪ੍ਰਕਿਰਤਿਕ ਢੰਗ ਦੇ ਨਾਲ ਹੁੰਦਾ ਯਾਨੀ ਕਿ ਸਿੱਪੀਆਂ ਘੋਗਿਆਂ ਦੇ ਪੇਟ ਦੇ ਵਿੱਚ ਇੰਦਰਿਕ ਪਦਾਰਥ ਦੇ ਮਿਲਾਨ ਦੇ ਨਾਲ ਉਤਪੰਨ ਹੁੰਦਾ ਹੈ ਇਸ ਲਈ ਇਹਦਾ ਜਿਹੜਾ ਚਿਕਿਤਸਾ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਪੁਰਾਣੇ ਸਮੇਂ ਤੋਂ ਹੀ ਆਯੁਰਵੈਦਿਕ ਅਤੇ ਯੂਨਾਨੀ ਚਿਕਿਤਸਾ ਦੇ ਵੱਖ ਵੱਖ ਰੋਗਾਂ ਦੇ ਵਿੱਚ ਇਹਦਾ ਪ੍ਰਯੋਗ ਕੀਤਾ ਜਾ ਰਿਹਾ ਲੇਕਿਨ ਕੁਝ ਗ੍ਰੰਥਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਮੋਤੀ ਨੂੰ ਸ਼ੁੱਧ ਕੀਤੇ ਬਿਨਾਂ ਪ੍ਰਯੋਗ 'ਚ ਨਾ ਲੈ ਕੇ ਆਓ ਨਹੀਂ ਤਾਂ ਇਹ ਮਾੜਾ ਅਸਰ ਦਿੰਦਾ ਯਾਨੀ ਕਿ ਬਿਮਾਰੀਆਂ ਨੂੰ ਵਧਾ ਦਿੰਦਾ ਹੈ ਸੋ ਇਹਦੇ ਦੁਆਰਾ ਵੱਖ ਵੱਖ ਰੋਗਾਂ ਦੇ ਵਿੱਚ ਕਿੱਦਾਂ ਇਲਾਜ ਸੰਭਵ ਹੈ ਨੋਟ ਕਰੋ ਮੋਤੀ ਦੇ ਵਿੱਚ 90% ਚੂਨਾ ਹੁੰਦਾ ਹੈ ਇਸ ਲਈ ਕੈਲਸ਼ੀਅਮ ਦੀ ਕਮੀ ਦੇ ਕਾਰਨ ਉਤਪੰਨ ਰੋਗਾਂ ਦੇ ਵਿੱਚ ਮੋਤੀ ਚਮਤਕਾਰਿਕ ਢੰਗ ਦੇ ਨਾਲ ਫਾਇਦਾ ਦਿੰਦਾ ਹੈ ਸੋ ਮੋਤੀ ਦੇ ਚੂਰਨ ਦਾ ਜਿਹੜਾ ਅੰਜਨ ਲਗਾਉਣ 'ਤੇ ਅੱਖਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅੱਖਾਂ ਦੀ ਜੋਤ ਵੀ ਵੱਧਦੀ ਹੈ ਪੱਥਰੀ ਹੋ ਗਈ ਹੋਵੇ ਤਾਂ ਮੋਤੀ ਦੀ ਭਸਮ ਸ਼ਹਿਦ ਦੇ ਨਾਲ ਲੈਣ 'ਤੇ ਬਹੁਤ ਜਲਦੀ ਲਾਭ ਮਿਲਦਾ ਹੈ ਪਿਸ਼ਾਬ ਦੇ ਵਿੱਚ ਜਲਨ ਹੋਣ 'ਤੇ ਮੋਤੀ ਦੀ ਭਸਮ ਕੇਵੜੇ ਦੇ ਜਲ ਦੇ ਨਾਲ ਲੈ ਕੇ ਤੁਰੰਤ ਫਾਇਦਾ ਹੁੰਦਾ ਹੈ ਸਰੀਰ ਦੇ ਵਿੱਚ ਬਹੁਤ ਗਰਮੀ ਹੋਵੇ ਤਾਂ ਮੋਤੀ ਪਹਿਨ ਨਾਲ ਲਾਭਦਾਇਕ ਹੁੰਦਾ ਹੈ ਬਵਾਸੀਰ ਅਤੇ ਜੋੜਾਂ ਦੇ ਦਰਦ ਦੇ ਵਿੱਚ ਮੋਤੀ ਦੀ ਭਸਮ ਰਾਮਬਾਨ ਦੀ ਤਰ੍ਹਾਂ ਕੰਮ ਕਰਦੀ ਹੈ ਫਿਰ ਟੀਬੀ ਦੇ ਵਿੱਚ ਵੀ ਮੋਤੀ ਦਾ ਪ੍ਰਯੋਗ ਕਰਨਾ ਬੁਖਾਰ ਘੱਟ ਹੁੰਦਾ ਹੈ ਯਾਦਾਸ਼ਤ ਵਧਾਉਣ ਦੇ ਲਈ ਮੋਤੀ ਦੀ ਭਸਮ ਜਾਂ ਪੇਸਟ ਬਹੁਤ ਵਧੀਆ ਹੈ ਇਹਦੇ ਨਾਲ ਉਨਮਾਦ ਵਾਯੂ ਵਿਕਾਰ ਦੇ ਨਾਲ ਸੰਬੰਧਿਤ ਰੋਗ ਦੂਰ ਹੁੰਦੇ ਆ ਮੋਤੀ ਦੀ ਭਸਮ ਜਿਹੜੀ ਹੈ ਪ੍ਰਯੋਗ ਕਰਨ ਦੇ ਨਾਲ ਪਾਚਨ ਸ਼ਕਤੀ ਵੱਧਦੀ ਹੈ ਪੁਰਸ਼ਾਂ ਦੇ ਜਿਹੜੇ ਸ਼ੁਕਰਮੇ ਅਤੇ ਇਸਤਰੀਆਂ ਦੇ ਪ੍ਰਦਰ ਰੋਗ ਦੇ ਵਿੱਚ ਇਹਦੀ ਭਸਮ ਬਹੁਤ ਜ਼ਿਆਦਾ ਲਾਭਕਾਰੀ ਸਾਬਤ ਹੁੰਦੀ ਹੈ ਸੋ ਮੇਸ਼ ਰਾਸ਼ੀ ਵਾਲਿਆਂ ਨੂੰ ਜਿਹੜਾ ਪੇਟ ਦੀ ਪ੍ਰੋਬਲਮ ਹੋ ਸਕਦੀ ਹੈ ਬਹੁਤ ਕੇਅਰਫੁਲੀ ਖਾਈਓ ਅੱਜ ਵਰਿਸ਼ਠ ਰਾਸ਼ੀ ਵਾਲਿਆਂ ਦੇ ਲਈ ਭੱਜ ਦੌੜ ਭਰਿਆ ਦਿਨ ਹੈਗਾ ਲੇਕਿਨ ਫਿਰ ਵੀ ਅੱਜ ਜਿਹੜਾ ਕਿਸਮਤ ਤੁਹਾਨੂੰ ਬਹੁਤ ਕੁਝ ਦੇ ਸਕਦੀ ਹੈ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਖਾਨਦਾਨੀ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਟੈਨਸ਼ਨ ਹੋ ਸਕਦੀ ਹੈ ਕਰਕ ਰਾਸ਼ੀ ਵਾਲਿਆਂ ਨੂੰ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹੈ ਸਿੰਘ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਕੇਅਰਫੁਲੀ ਆਪਣੀ ਵਾਈਫ ਦੇ ਨਾਲ ਬਿਹੇਵੀਅਰ ਕਰੋ ਨਹੀਂ ਤਾਂ ਤੁਹਾਡੀ ਵਾਈਫ ਨਾਰਾਜ਼ ਹੋ ਕੇ ਪੇਕੇ ਜਾ ਸਕਦੀ ਹੈ ਕੰਨਿਆ ਰਾਸ਼ੀ ਵਾਲੇ ਅਦਾਲਤੀ ਕੰਮਾਂ ਦੇ ਵਿੱਚ ਝੰਡੇ ਬੁਲੰਦ ਰਹਿ ਸਕਦੇ ਆ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਥੋੜ੍ਹਾ ਹੈ ਤੁਸੀਂ ਢਿੱਲਾਪਣ ਮਹਿਸੂਸ ਕਰ ਸਕਦੇ ਹੋ ਸਿਹਤ ਨੂੰ ਲੈ ਕੇ ਵਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਜਿਹੜਾ ਹੈ ਕਿਸਮਤ ਅੱਜ ਤੁਹਾਨੂੰ ਬਹੁਤ ਚੰਗੇ ਨਤੀਜੇ ਦੇ ਸਕਦੀ ਹੈ ਧਨੁ ਰਾਸ਼ੀ ਵਾਲੇ ਬਹੁਤ ਭੱਜ ਦੌੜ ਭਰਿਆ ਸਮਾਂ ਹੋ ਸਕਦਾ ਹੈ ਲੇਕਿਨ ਅੱਜ ਜਿਹੜਾ ਹੈ ਵਪਾਰ ਨੂੰ ਤੁਸੀਂ ਬਹੁਤ ਅੱਗੇ ਲਿਜਾ ਸਕਦੇ ਹੋ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਤੁਹਾਡੇ ਖਾਨਦਾਨ ਦੀ ਕੋਈ ਨਾ ਕੋਈ ਪਰੰਪਰਾ ਸਾਹਮਣੇ ਆ ਕੇ ਤੁਹਾਨੂੰ ਬਹੁਤ ਉੱਚਾਈਆਂ ਤੱਕ ਲਿਜਾ ਸਕਦੀ ਹੈ
ਕੁੰਭ ਰਾਸ਼ੀ ਵਾਲੇ ਜਾਤਕਾਂ ਦੇ ਲਈ ਜਿਹੜਾ ਹੈ ਅੱਜ ਦਾ ਸਮਾਂ ਜ਼ਿਆਦਾ ਵਧੀਆ ਨਹੀਂ ਹੈ, ਥੋੜ੍ਹੀ ਸੁਸਤੀ ਪਈ ਰਹਿ ਸਕਦੀ ਹੈ, ਅਤੇ ਆਖਿਰ ਦੇ ਵਿੱਚ ਮੀਨ ਰਾਸ਼ੀ ਵਾਲੇ ਝੂਠੀ ਗਵਾਹੀ ਬਿਲਕੁਲ ਨਾ ਦਿਓ, ਨਹੀਂ ਤਾਂ ਅੱਜ ਤੁਸੀਂ ਫਸ ਸਕਦੇ ਹੋ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਆਹ ਪਾ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ, ਨਾਲ ਨਾਲ ਅਸੀਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਸੋ ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤ ਸ਼੍ਰੀ ਸੁਖਮਿੰਦਰ, PG ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94-170-2533 ਅਤੇ 98-720-2533। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ, ਅਤੇ ਨਾਲ ਨਾਲ ਜਿਹੜਾ ਹੈ ਸਾਡੇ ਅਖਬਾਰ ਵਾਇਸ ਆਫ ਏਸ਼ੀਅਨ ਦੇ ਵਿੱਚ ਵੀ ਇਹਦੇ ਅੰਸ਼ਾਂ ਨੂੰ ਪੜ੍ਹ ਸਕਦੇ ਹੋ। ਸੋ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਸਭ ਤੋਂ ਵੱਡਾ ਦਰਜਾ ਮਾਂ ਦਾ ਹੈ। ਜਦੋਂ ਵੀ ਘਰੋਂ ਜਾਂਦੇ ਹੋ, ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਧੀਆਂ ਨੂੰ ਕੁੱਖਾਂ 'ਚ ਨਾ ਮਾਰੋ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਓ, ਦਸੌਂਦ ਕੱਢ ਕੇ ਨੇਕ ਕੰਮਾਂ 'ਚ ਜ਼ਰੂਰ ਲਗਾਓ, ਜਿਹਦੇ ਨਾਲ ਆਉਣ ਵਾਲਾ ਸਮਾਂ ਤੁਹਾਡਾ ਨਿਸ਼ਚਿਤ ਰੂਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੋਏਗਾ। ਕੱਲ੍ਹ ਫਿਰ ਮਿਲਾਂਗੇ ਜੀ, ਨਮਸਕਾਰ।